ਸ੍ਰੀ ਅਕਾਲ ਜੀ, ਮੈਂ ਗੁਰਿੰਦਰ ਸਿੰਘ ਕੋਟਕਪੂਰਾ। ਗੁੱਡ ਮੋਰਨਿੰਗ। ਵੈਲਫੇਅਰ ਕਲੱਬ ਮਿਊਂਸਪਲ ਪਾਰਕ ਕੋਟਕਪੂਰਾ ਵਿਖੇ ਅੱਜ 7 ਫਰਵਰੀ ਦਿਨ ਵੀਰਵਾਰ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਓ ਜੀ, ਤੁਹਾਨੂੰ ਲੈ ਚੱਲਦੇ ਹਾਂ ਉਹਨਾਂ ਮੌਜੂਦ ਸ਼ਖਸੀਅਤਾਂ ਕੋਲ ਜਿਹੜੀਆਂ ਰੋਜ਼ਾਨਾ ਤੁਹਾਡੇ ਲਈ ਲੈ ਕੇ ਆਉਂਦੀਆਂ ਨੇ ਕੋਈ ਨਾ ਕੋਈ ਸ਼ੁੱਧ ਵਚਨ, ਸ਼ੁੱਧ ਵਿਚਾਰ, ਗੀਤ, ਗਜ਼ਲ ਜਾਂ ਅਣਮੋਲ ਵਚਨ। ਆਪਾਂ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਉੱਘੇ ਸਮਾਜ ਸੇਵੀ ਸੰਜੀਵ ਕੁਮਾਰ ਧੀਂਗੜਾ ਔਰ ਬਿੱਟੂ। ਬਿੱਟੂ ਜੀ, ਕੀ ਲੈ ਕੇ ਆਏ ਹੋ? ਜ਼ਿੰਦਗੀ ਦਾ ਹਰ ਪਲ ਖੁਸ਼ ਰਹਿ ਕੇ ਜੀਆ ਕਰੋ। ਵਾਹ ਜੀ ਵਾਹ, ਜ਼ਿੰਦਗੀ ਦਾ ਹਰ ਪਲ ਖੁਸ਼ ਰਹਿ ਕੇ ਜੀਆ ਕਰੋ, ਕਿਉਂਕਿ ਰੋਜ਼ ਸ਼ਾਮ ਸਿਰਫ ਸੂਰਜ ਹੀ ਨਹੀਂ ਡਲਦਾ, ਆਪਕੀ ਅਨਮੋਲ ਜ਼ਿੰਦਗੀ ਵੀ ਡਲਤੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ ਮਾਸਟਰ ਜੀ, ਮਿਹਨਤ ਨਾਲ ਆਇਆ ਮੱਥੇ ਦਾ ਪਸੀਨਾ ਜੀ ਨਸੀਬਾਂ ਦੀ ਗਲਤ ਰੇਖਾ ਵੀ ਮਿਟਾ ਦਿੰਦਾ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ ਹੈਪੀ ਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁੱਡ ਮੋਰਨਿੰਗ, ਗੁੱਡ ਮੋਰਨਿੰਗ। ਹਾਂਜੀ ਟੋਨੀ ਜੀ, ਮਿੱਠਾ ਬੋਲੋ, ਮਿਲ ਕੇ ਚਲੋ ਜੀ, ਸਭਸੇ ਕਰੋ ਸਨੇਹ ਜੀ, ਕਿਤਨੇ ਦਿਨ ਕੀ ਜੀਵਨ ਹੈ ਜੀ, ਕਿਤਨੇ ਦਿਨ ਕੀ ਦੇਹ। ਵਾਹ ਜੀ ਵਾਹ, ਵਾਹ ਜੀ ਵਾਹ। ਲਓ ਜੀ, ਪ੍ਰੀਤਮ ਸਿੰਘ ਮੱਕੜ ਜੀ ਆਏ ਨੇ ਸਾਡੇ ਕੋਲ, ਅਨਾਰ ਸਿੰਘ ਪ੍ਰੀਤਮ ਸਿੰਘ ਕਮਿਸ਼ਨ ਏਜੰਟ। ਲਓ ਜੀ ਪ੍ਰੀਤਮ ਸਿੰਘ ਜੀ, ਕੀ ਲੈ ਕੇ ਆਏ ਹੋ ਅੱਜ? ਹਾਂਜੀ, ਇਨਸਾਨ ਅਸਲ ਵਿੱਚ ਉਦੋਂ ਮਰਦਾ ਹੈ ਜੀ ਜਦੋਂ ਉਸਦੀ ਜ਼ਮੀਰ ਮਰ ਜਾਂਦੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ ਮੀਤਾ ਜੀ, ਛੱਡਣੀ ਸੀ ਚੋਰੀ ਮਕਾਰੀ ਬੇਈਮਾਨੀ ਧੋਖਾ ਠੱਗੀ ਤੇ ਨਫ਼ਰਤ ਜੀ, ਪਰ ਲੋਕ ਆਂਡਾ ਮੀਟ ਛੱਡ ਕੇ ਹੀ ਆਪਣੇ ਆਪ ਨੂੰ ਧਰਮੀ ਸਮਝੀ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ ਕਰਨੈਲ ਸਿੰਘ ਜੀ, ਹਮੇਸ਼ਾ ਸੱਚ ਬੋਲੋ ਜੀ, ਹਮੇਸ਼ਾ ਸੱਚ ਬੋਲੋ। ਵੈਰੀ ਗੁੱਡ। ਲਓ ਜੀ ਹੈਪੀ ਜੀ, ਅਗਲਾਈ ਬੋਲਣਗੇ ਕੋਨੇ ਕਿਹੜਾ ਬੋਲ ਦੋ, ਜਿਹੜੇ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ, ਇੱਕ ਬੋਲ ਦੋ, ਇੱਕ ਬੋਲ ਦੋ। ਇਨਕਲਾਬ ਵੇਲਿਆਂ ਵੱਲੋਂ ਉਡੀਕਣ ਨਾਲ ਨਹੀਂ, ਮਿਹਨਤ ਕਰਨ ਨਾਲ ਆਉਂਦੇ ਹਨ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਇਨਕਲਾਬ ਮਿਹਨਤ ਕਰਨ ਨਾਲ ਆਉਂਦਾ, ਵੇਲਿਆਂ ਵੱਲੋਂ ਉਡੀਕਣ ਨਾਲ ਨਹੀਂ। ਜਿਨ੍ਹਾਂ ਨੇ ਅੱਜ ਇਸ ਸਾਹਿਤਕ ਮਹਿਫਲ ਦੇ ਵਿੱਚ ਹਿੱਸਾ ਲਿਆ, ਉਹਨਾਂ ਦੀ ਤੰਦਰੁਸਤੀ ਲਈ, ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ। ਵਾਹਿਗੁਰੂ ਦੇ ਚਰਨਾਂ 'ਚ ਅਰਦਾਸ। ਮੈਂ ਗੁਰਿੰਦਰ ਸਿੰਘ ਕੋਟਕਪੂਰਾ।